चल सी गुजारा कर सी। अच्छा ले के हो, किधर जा रहे हो? घर जा रहे हो? घर खाने को बहुत मिलती है, गर्मी के मौसम जितने नहीं थी। मैं वेखो अत भाई कैसा लगे? तो कंगलू खुआने वो भी देसी है जी। हाँ जी। अस्सलाम वालेकुम जी। उम्मीद करो सारे खरीया ना लोगे, वधिया होगे। चलो जी थोड़ा देसी भरा एक दफा फिर अपनी गड्डी ते जा रहे हैं शहर। अज शहर में चले जनाब को खान पीन वास्ते, ते अज मैं हांडी बनानी है ते सौदा पत्रा ते बाजारू लैके आना है। अगे रेहड़ी वाला आ जांदा सी उहदे कोल, धनिया टमाटर शमाटर लै लैंदे सी, ते उह नहीं ते पकाना सी गोश्त। अबू जी को पूछा सी, वो कहंदे चलो अज गोश्त पका लो। मैं चलो ठीक है जी, चलो चलते हैं जी, करते हैं शॉपिंग ते आने घर, फिर पकाने गोश्त वधिया जा। मेरा तरीका एक ही है, मैं ही जड़ा कुछ होवे ना एक तरीके नाल ही पकाना। चलो तुहानू लै चलते हैं शहर, की ख्याल है, चलना पसंद करोगे कि घर रहना पसंद करोगे? नहीं आ ही जाओ, तुहानू भी लै सैर करा जी। साडी गड्डी बड़ी वधिया जनाब, ते थैला है तुहानू पता है नाल ही होंदा, इहदे सौदा जे लैके आना है। एक्सरसाइज दी एक्सरसाइज, सैर दी सैर। सुबह सुबह बाजार में पहुंच गया ते साढ़े कजन दी दुकान है, असी पहला स्टाफ साढ़े कजन कोल होंदा जनाब, ते फिर असी अगे बाजार जाना है। तुहानू पता है हुण अपना की नाम से अमरूद, सर्दी का मौसम हो गया, अमरूद इहो जी चीज़ा खाण नू बहुत मिलदियां ने, गर्मी के मौसम जिते नहीं सी मिलदियां। वे हुण ताज़ा ताज़ा अमरूद भाई और रेहड़ी ते वेच रहे ने, रेहड़ी ते कई सुबह सुबह निकले, किवें जुगाड़ लाया जनाब, बड़ा वधिया जा। ਆ ਵੇਖ ਲੋ, ਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਰ, ਕੀ ਹਾਲ ਹੈ? ਤੇ ਅਮਰੂਦ ਕਿਵੇਂ ਲਾਏ ਨੇ? ਅਮਰੂਦ ਸਰ ਜੀ 120 ਰੁਪਏ ਕਿਲੋ। 120 ਰੁਪਏ ਕਿਲੋ, ਸਿਰਫ 120 ਰੁਪਏ ਕਿਲੋ? ਵੇਖ ਲੋ ਜੀ ਵਧੀਆ ਜੇ ਅਮਰੂਦ। ਭਾਜੀ ਮਿੱਠੇ ਵੀ ਆ ਨੇ ਕਿ ਖਾਲੀ ਸ਼ਕਲ ਹੀ ਚੰਗੀ ਲੱਗੀ ਦੀ ਇਹਨਾਂ ਦੀ? ਇਹ ਅਮਰੂਦ ਮਿੱਠੇ ਹੋਣਗੇ। ਮਿੱਠੇ ਹੋਣਗੇ? ਹਾਂਜੀ ਹਾਂਜੀ। ਇਹ ਵੇਖ ਲੋ ਜੀ ਮਿੱਠੇ ਅਮਰੂਦ ਵਧੀਆ ਜੇ। ਅਮਰੂਦ 170 ਰੁਪਏ ਤੱਕ 9 ਰੁਪਏ। ਹਾਂਜੀ ਭਾਜੀ, अपनी स्वाद आंदा अपने पाकिस्तान दे अंदर। यूरोप दे अंदर चीजा मिलदियां ने ओ जरा पुरानियां, ते रेडी तो लैके ताजे खो वधिया जे। असीं लैणा गोश्त, गोश्त दी दुकान जरा अगे ते कजन कर कैसी दुकान है? दुकान ते पहुंच गया, सानू चाहिदा गोश्त बनानी है हांडी जनाब, ते असीं जदों ही आईदा पाकिस्तान दे अंदर भाइयों कोल गोश्त लैके जाईदा, ਤੇ ਮਾਸ਼ਾਅੱਲਾ ਬੜਾ ਵਧੀਆ ਜਿਹਾ ਬਣਾ ਕੇ ਦਿੱਤਾ। ਤੇ ਬੜੇ ਅਰਸੇ ਤੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਜਨਾਬ, ਮੇਰੇ ਭਾਈ ਦੇ ਤੇ ਕਲਾਸ ਫੈਲੋ ਨੇ, ਤੇ ਉਹਨਾਂ ਕਹਿ ਸੀ ਇਹਨਾਂ ਕੋਲ ਲਿਓ, ਤੇ ਮਾਸ਼ਾਅੱਲਾ ਬੜੀ ਲੁੱਕ ਆਫਟਰ ਕਰਦੇ ਨੇ ਇੱਥੇ। ਤਾਜ਼ਾ ਤਾਜ਼ਾ ਗੋਸ਼ ਵੇਖ ਲਓ ਜੀ, ਪਾਕਿਸਤਾਨ ਖਾਣ ਦਾ ਤੇ ਆਪਣੀ ਸਵਾਦ ਆਉਂਦਾ ਵੈਸੇ। ਅਸੀਂ ਆ ਗਏ ਹੁਣ ਆਪਣੀ ਰੇਹੜੀ ਕੋਲ, ਆਪਣੇ ਭਾਈ ਹੋਰਾਂ ਕੋਲ, ਤੇ ਇੱਥੋਂ ਅਸਾਂ ਸਬਜ਼ੀ ਲੈਣੀ ਹੈ, ਤੇ ਚੀਜ਼ਾਂ ਪੂਰੀਆਂ ਹੋਣਗੀਆਂ ਤੇ ਖਾਵਾਂਗੇ। ਬਹੁਤ ਸ਼ੁਕਰੀਆ ਜਨਾਬ, ਭਾਈ ਹੋਰਾਂ ਨੇ ਆਰਡਰ ਦੇ ਦਿੱਤਾ, ਭਾਈ ਹੋਰਾਂ ਕਹਿੰਦੇ ਜੀ ਕੰਮ ਤਿਆਰ ਹੋ ਜਾਏਗਾ। ਵੇਖ ਲਓ ਜੀ ਇਹਨਾਂ ਕੋਲ ਸਵੇਰ ਸਵੇਰ ਹੀ ਸਬਜ਼ੀ ਲਾ ਰਹੇ ਨੇ, ਤੇ ਪਾਕਿਸਤਾਨ ਆਓ ਗਾਜਰਾਂ ਤੇ ਖਾਣੀਆਂ ਬਣਦੀਆਂ ਨੇ ਜੀ, ਗਾਜਰਾਂ ਮੂਲੀਆਂ ਸ਼ਲਗਮ ਤਾਂ। ਹਾਂਜੀ, ਪਿਛਲੀ ਵੀ ਗਰਮੀਆਂ ਚ ਆਇਆ ਸੀ ਪਰ ਇਹ ਮੌਕਾ ਨਹੀਂ ਸੀ ਮਿਲਿਆ, ਹੁਣ ਮਿਲ ਗਿਆ। ਹਾਂਜੀ, ਹੁਣ ਅਸੀਂ ਛੋੜਨਾ ਕੋਈ ਨਹੀਂ, ਫਿਰ ਕੀ ਪਤਾ ਨਸੀਬ ਹੋ ਵਣਾ ਹੋਣ। ਬਿਲਕੁਲ ਵੇਖਦਾ ਜੀ, ਪਾਕਿਸਤਾਨ ਦੀ ਤੇ ਗੱਲ ਹੀ ਵੱਖਰੀ ਹੈ, ਤਾਜ਼ਾ ਤਾਜ਼ਾ ਸਵੇਰ ਸਵੇਰ ਆਉਂਦੀ ਹੈ ਸਬਜ਼ੀ ਬਾਹਰ ਬਾਜ਼ਾਰ ਚੋਂ, ਤੇ ਇੱਥੇ ਲੈ ਕੇ ਆਈ ਅਸੀਂ ਜਾਣਾ ਹੈ ਹੁਣ ਘਰ, ਤੇ ਅਸੀਂ ਬਣਾਉਣੇ ਫਿਰ ਗੋਸ਼ਤ। ਸਲਾਮ ਅਲੈਕੁਮ। ਟਮਾਟਰ ਹੋ ਗਏ ਨੇ? ਹੋ ਗਏ, ਅਦਰਕ ਵੀ ਹੋ ਗਿਆ, ਖੀਰੇ ਹੁੰਦੀਆਂ ਨੇ ਪਰ ਇੱਥੋਂ ਜਾਂਦੀਆਂ ਨੇ, ਪਰ ਉਹਨਾਂ ਦਾ ਸਵਾਦ ਨਹੀਂ ਇਹੋ ਜਿਹਾ ਨਾ ਜੀ, ਉਹ ਹੁੰਦੀਆਂ ਨੇ, ਹੁੰਦੀਆਂ ਨੇ ਹੈ ਨੇ ਪਰ ਬੜੀਆਂ ਜੀ, ਫਿਰ ਆ ਜਾਂਗੇ ਤਾਜ਼ੀਆਂ ਖਾਣ ਵਾਸਤੇ। ਲਓ ਜੀ ਤਾਜ਼ਾ ਧਨੀਆ ਤੇ ਨਾਲ ਥੋੜੀ ਜੀ ਮਿਰਚਾਂ ਵੀ ਨਾਲ, ਤੁਹਾਨੂੰ ਕੰਗਲੂ ਖਵਾਉਂਦੇ ਆ ਉਹ ਵੀ ਦੇਸੀ ਹੈ ਜੀ। ਹਾਂ ਜੀ, ਹਾਂ ਦੇਸੀ ਚੀਜ਼ਾਂ ਦਾ ਤਾਂ ਆਪਣੀ ਸਵਾਦ ਹੈ ਵੈਸੇ, ਦੇਸੀ ਕੰਗਲੂ। ਵਾਹ ਜੀ ਵਾਹ, ਗੱਲ ਹੋਈ ਨਾ ਜੀ, ਪਿਆਰ ਮੁਹੱਬਤ ਨਾਲ ਭਾਈ ਹੋਰ ਖਵਾਉਣ ਲੱਗੇ ਜੀ ਸਾਨੂੰ ਕੰਗਲੂ, ਫਿਰ ਅਸੀਂ ਤੇ ਇਨਕਾਰ ਨਹੀਂ ਕਰ ਸਕਦੇ, ਖਾਣਾ ਤੇ ਬਣਦਾ। ਕੱਟ ਕੇ ਇੱਕ ਪੀਸ ਦਿਓ ਜੀ, ਬੜਾ ਹੋਏਗਾ ਇੱਕ ਪੀਸ। ਲਓ ਜੀ ਭਾਈ ਹੋਰਾਂ ਨੂੰ ਗੰਗਲੂ ਦਿੱਤਾ, ਹੁਣ ਖਾਣਾ ਤੇ ਬਣਦਾ, ਟੇਸਟ ਕਰੀਏ, ਬੜੇ ਅਰਸੇ ਬਾਅਦ ਗੰਗਲੂ ਖਾ ਲੰਘਦਾ ਬਾਜ਼ਾਰ ਦੇ ਅੰਦਰ ਖੜੇ ਹੋ ਕੇ। ਬਿਸਮਿਲ੍ਲਾ, ਯਕੀਨ ਕਰੋ ਬੜਾ ਸਵਾਦ ਆ ਰਿਹਾ ਤੇ ਗੰਗਲੂ ਖਾ ਕੇ ਬੜਾ ਮਜ਼ਾ ਆ ਰਿਹਾ। ਵੇਖ ਲਓ ਕਿਤਨੀ ਪਿਆਰ ਮੁਹੱਬਤ ਮਿਲਦੀ, ਅਸੀਂ ਬਾਜ਼ਾਰ ਸੌਦਾ ਲੈਣ ਆਉਂਦੇ ਹਾਂ ਤੇ ਨਾਲ ਖਾਣ ਨੂੰ ਵੀ ਚੀਜ਼ਾਂ ਮਿਲਦੀਆਂ ਨੇ, ਕਿਤੇ ਮਿਲਦੀਆਂ ਨੇ ਯੂਕੇ 'ਚ ਨਹੀਂ, ਇਹ ਸਿਰਫ ਪਾਕਿਸਤਾਨ ਦੇ ਅੰਦਰ ਹੀ ਮਿਲਦੀਆਂ ਨੇ। ਠੀਕ ਹੈ ਜਨਾਬ, ਫਿਰ ਮੁਲਾਕਾਤ ਹੁੰਦੀ ਤੁਹਾਡੇ ਨਾਲ ਇਨਸ਼ਾਅੱਲਾ। ਠੀਕ ਹੈ ਭਾਈ ਜਾਨ, ਬਹੁਤ ਸ਼ੁਕਰੀਆ। ਕੰਗ ਪਕੌੜੇ ਲਾਈ ਨਾਲ, ਸੁਬਹ ਸੁਬਹ ਜੇ ਬਣੇ ਹੋਏ ਤੇ ਭਾਈ ਉਹਨਾਂ ਕੋਲ ਅਸੀਂ ਪਕੌੜੇ ਵੀ ਲੈਣ ਲੱਗੇ ਹਾਂ।
और जनाब की हाल है? ਵਧੀਆ ਵਧੀਆ ਦੇ ਪਕੌੜੇ ਬਣਾ ਰਹੇ ਹੋ ਸੁਭਾਣ ਜੀ? ਆਹ ਵੇਖ ਲਓ ਗਰਮਾ ਗਰਮ ਪਕੌੜੇ ਨਿਕਲ ਰਹੇ ਜੀ, ਤਾਜ਼ਾ ਤਾਜ਼ਾ। ਪਾਕਿਸਤਾਨ ਪਕੌੜੇ ਖਾਣ ਦਾ ਆਪਣੀ ਸਵਾਦ ਆਉਂਦਾ ਇੱਥੇ। ਅਸੀਂ ਸੌਦਾ ਲੈਣ ਦਾ, ਚਲੋ ਕੁਕਿੰਗ ਸਟਾਰਟ ਕਰਦੇ ਹਾਂ, ਪਕਾਉਂਦੇ ਹਾਂ ਮਜ਼ੇਦਾਰ ਜਿਹਾ ਖਾਣਾ। ਵਾਲੇਕੁਮ ਸਲਾਮ ਜੀ। ਭਾਈ ਜੀ ਕਿੱਧਰ ਆ ਸਤਾਈ ਚੱਕ? ਇੱਥੇ ਮੈਂ ਤੁਹਾਡੇ ਨਾਲ ਮੁਲਾਕਾਤ ਕਰ ਆਈ ਹੈ। ਮੇਰੇ ਨਾਲ ਮੁਲਾਕਾਤ ਕਰਨ ਆ ਰਹੇ? ਵੇਖੋ ਜੀ ਇੰਗਲੈਂਡ ਚ ਸਪੈਸ਼ਲੀ ਨਾਨਕੇ ਵੀ ਇੱਥੇ ਨਾ। ਅੱਛਾ, ਨਾਨਕੇ ਵੀ ਇੱਥੇ ਨੇ? ਤੇ ਪਹਿਲੇ ਆਪਣਾ ਨਾਮ ਦੱਸੋ ਜਨਾਬ। ਖਲੀਲ ਅਹਿਮਦ। ਖਲੀਲ ਅਹਿਮਦ, ਨਾਮ ਵੀ ਲਿਖਿਆ, ਸਾਰਾ ਕੁਝ ਲਿਖਿਆ ਹੋਇਆ। ਉਹ ਭਾਈ, ਅਸਾਂ ਆਵਾਮ ਨੂੰ ਤੇ ਦੱਸਣਾ ਨਾ ਭਾਈ, ਹੈ ਕਿ ਦੱਸੋ ਨਾ ਦੱਸੋ। ਹਾਂਜੀ, ਇਹ ਵੇਖ ਲਓ ਜੀ ਸਾਡੀ ਆਵਾਮ ਨੂੰ ਸਾਡੀ ਤਰਫੋਂ ਅਸਲਾਮ ਵਾਲੇਕਮ ਜੀ। ਜੀ ਵਾਲੇਕਮ ਅਸਲਾਮ, ਪਾਕਿਸਤਾਨ ਜ਼ਿੰਦਾਬਾਦ। ਬਿਲਕੁਲ, ਵੇਖ ਲਓ ਅੱਜ ਤੁਹਾਡੇ ਨਾਲ ਮੁਲਾਕਾਤ ਹੋਣੀ ਸੀ, ਸਤਾਈ ਚੱਕ ਦੇ ਦੇਣਾ ਜੀ। ਮੁਤਾਈ ਮਲੋੜਾ। ਆਏ ਇੱਕ ਨਵੀਂ ਇੰਟਰਵਿਊ ਹੋਈ ਏ, ਅਸੀਂ ਪਾਕਿਸਤਾਨ ਆਇਆ, ਸਾਡੇ ਪਿੱਛੇ ਪਿੱਛੇ ਸਾਡੇ ਭਰਾ ਵੀ ਪਾਕਿਸਤਾਨ ਹੀ ਪਹੁੰਚ ਗਏ ਨੇ, ਤੇ ਅਸੀਂ ਕਿਉਂ ਪਿੱਛੇ ਰਹੀਏ? ਹੈ ਜੀ, ਉਹ ਕਹਿੰਦੇ ਜੀ ਇੱਧਰ ਆਓ ਨਾ ਜੀ, ਇਹ ਮਿਲਾਉਂਦੇ ਆ ਤੁਹਾਡੇ ਨਾਲ। ਹੈ ਜੀ, ਇੰਗਲੈਂਡ ਤੇ ਤੁਸੀਂ ਵੇਖੇ ਹੋਣੇ, ਤੇ ਹੁਣ ਸਾਡੇ ਸਤਾਈ ਚੱਕ ਵੀ ਆ ਗਏ ਨੇ। ਇਹ ਵੇਖੋ ਜੀ, ਇਹ ਬੰਦੇ ਤਾਂ ਤੁਸੀਂ ਜਾਣਦੇ ਹੀ ਹੋਣੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਕੀ ਹਾਲ ਹੈ? ਠੀਕ ਠਾਕ ਹੋ? ਕਿਸੇ ਕੰਮ ਕਰਾਉਣਾ ਹੋਇਆ ਭਾਈ? ਮਿਸਤਰੀਆਂ ਦਾ ਕੰਮ ਵਧੀਆ ਕਰ ਰਹੇ, ਤੁਸੀਂ ਵੀਡੀਓ ਤੇ ਵੇਖੀ ਹੋਣੀ। ਅਸਲਾਮ ਵਾਲੇਕਮ ਜਨਾਬ, ਕਿੱਧਰ ਸਾਜਰੇ ਸਾਜਰੇ? ਉਟਕਲ ਹੁੰਦੇ ਆ ਜੀ, ਮਾਸ਼ਾਅੱਲਾ ਨਾਈਸ ਸਨਸ਼ਾਈਨ ਹੋਏ। ਦੇਖੋ ਜੀ, ਸਾਡੇ ਗ੍ਰਾਂ 'ਚ ਇੱਕ ਦਫਾ ਫਿਰ ਰੌਣਕ ਮੇਲਾ ਲੱਗ ਗਿਆ ਜਨਾਬ, ਤੇ ਅਸੀਂ ਸਾਰੇ ਕਜ਼ਨ ਵਾਪਸ ਆ ਗਏ ਪਾਕਿਸਤਾਨ। ਹਲੇ ਵੀ ਕਾਫੀ ਜਿਹੜੇ ਨੇ ਨਾ ਪਿੱਛੇ ਡੱਕੇ ਨੇ, ਤੇ ਦੋ ਤਿੰਨਾਂ ਬਾਅਦ ਸਾਡੀ ਹੋਰ ਆਵਾਮ ਆਏਗੀ ਜੀ, ਉਹਦੇ ਨਾਲ ਮੁਲਾਕਾਤ ਕਰਾਵਾਂਗੇ। ਹਾਂਜੀ, ਤੇ ਮਾਸ਼ਾਅੱਲਾ ਵੇਖ ਲਓ, ਆਪਣੇ ਗ੍ਰਾਂ ਦਾ ਤੇ ਆਪਣੀ ਸਵਾਦ ਹੈ ਜੀ। ਹਕੀਕਤ ਹੈ, ਹਲੇ ਤਾਂ ਫਿਰੇ ਟੁਰੇ ਨਹੀਂ ਆਏ, ਹਲੇ ਤਾਂ ਮਸੇ ਹੁਣ ਜਿਹੜੀ ਹੈ ਨਾ ਇੰਗਲੈਂਡ ਦੀ ਮਿੱਟੀ ਦੀ ਜਿਹੜੀ ਆਇਆ ਸੀ ਨਾ ਚੜ੍ਹਿਆ ਉੱਪਰ ਕਲਖ, ਉਹ ਉਤਾਰੀ ਹੈ ਮਸੇ। ਚਿਹਰੇ ਤੇ ਮਾਸ਼ਾਅੱਲਾ ਰੌਣਕ ਕਾਫੀ ਆ ਗਈ ਹੈ, ਪਤਾ ਪਾਕਿਸਤਾਨ ਆਵੇ ਨਾ ਕੁਝ ਦਿਨਾਂ ਬਾਅਦ ਜਿਹੜਾ ਨਾ ਮਿੱਟੀ ਚੜ੍ਹੇਗੀ, ਹਲੇ ਤੇ ਥੋੜਾ ਜਿਹਾ ਠੀਕ ਹੀ ਹੈ, ਹਲੇ ਇੰਗਲੈਂਡ ਦਾ ਜਿਹੜਾ ਨਾ ਰੰਗ ਚੜ੍ਹਿਆ, ਹਲੇ ਲੱਥਾ ਨਹੀਂ ਹੈ ਮਹਿੰਦੀ, ਹਲੇ ਕਾਇਮ ਦਾਇਮ ਹੈ। ਅੱਛਾ, ਆਪਣੇ ਗ੍ਰਾਂ 'ਚ ਇੱਥੇ ਗ੍ਰਾਂ ਕੋਈ ਨਹੀਂ ਇੱਥੇ, ਬਿਲਕੁਲ। ਤੇ ਮਾਸ਼ਾਅੱਲਾ ਵੇਖ ਲਓ ਜੀ, ਕਦੇ ਕਦਾਰ ਹੀ ਮੁਲਾਕਾਤ ਹੁੰਦੀ, ਕੁਦਰਤੀ ਇਸ ਸਾਲ ਅਸੀਂ ਤਕਰੀਬਨ ਇਕੱਠੇ ਹੀ ਆ ਗਏ ਸੀ, ਆਮਣੇ ਸਾਹਮਣੇ ਨਹੀਂ, ਤੇ ਬਹੁਤ ਹੀ ਮੁਸ਼ਕਲ ਇਕੱਠੇ ਆਉਣਾ, ਇਹ 1 ਆਫ 1 ਮਿਲੀਅਨ 'ਚ ਇੱਕ ਚਾਂਸ ਹੁੰਦਾ। ਤੇ ਮੈਂ ਕਿਹਾ ਤੁਹਾਡੇ ਨਾਲ ਤਾਂ ਅਸੀਂ ਸ਼ੇਅਰ ਕਰਨਾ ਬਣਦਾ, ਵੇਖ ਲਓ ਸਾਡੀ ਬਲਾਦਰੀ ਕਾਫੀ ਹੈ, ਆਪਣਾ ਕਜ਼ਨ ਹੈ ਮਾਸ਼ਾਅੱਲਾ, ਤੇ ਉੱਥੇ ਵੀ ਮੁਲਾਕਾਤ ਹੁੰਦੀ ਸੀ ਗਾਹ ਬਗਾਹ, ਤੇ ਇੱਥੇ ਤਾਂ ਹੁਣ ਰੋਜ਼ ਹੀ ਇੱਕ ਦੂਜੇ ਦੀ ਸ਼ਕਲ ਵੇਖਣ ਨੂੰ ਮਿਲੇ। ਬਿਲਕੁਲ, ਆਮਣੇ ਸਾਹਮਣੇ ਜੀ, ਇਨਸ਼ਾਅੱਲਾ ਡੋਰ ਟੂ ਡੋਰ। ਕਿਚਨ 'ਚ ਪਹੁੰਚ ਰਹੇ ਆ ਜੀ, ਆਰਸ਼ੀਸ ਧੋ ਲਈ ਹੈ, ਗੋਸ਼ਤ ਹਾਂਡੀ 'ਚ ਵੀ ਪਾ ਲਿਆ। ਤੁਹਾਨੂੰ ਪਤਾ ਮੇਰੀ ਹਾਂਡੀ ਤੇ ਪਾਕਿਸਤਾਨ ਹੋਵੇ ਯੂਕੇ ਹੋਵੇ ਸੇਮ ਹੀ ਹੁੰਦੀ ਹੈ। ਅਸੀਂ ਸਾਰਾ ਕੁਝ ਮਿਕਸ ਹੀ ਪਾਈਦਾ। ਹੁਣ ਅਸੀਂ ਦਮ ਦੇ ਦਿਆਂਗੇ ਜੀ, ਪਾ ਕੇ ਮਿਰਚਾਂ ਸ਼ਿਰਚਾਂ ਸਾਰਾ ਕੁਝ, ਇਹਨੇ ਪੱਕ ਪੁੱਕ ਜਾਏਗਾ, ਫਿਰ ਐਂਡ ਤੇ ਅਸੀਂ ਪਾਵਾਂਗੇ ਘਿਓ ਜਾਂ ਤੇਲ, ਤੇ ਫਿਰ ਕੋਈ ਦਾ ਸਵਾਦ ਤੇ ਆਪਣਾ ਵਧੀਆ ਹੋਣਾ ਹੀ ਹੈ। ਭਾਈ ਸਾਡੇ ਘਰ ਪਹਿਲੀ ਦਫਾ ਆਏ ਨੇ, ਆ ਤਾਂ ਭਾਈ ਸਪੈਸ਼ਲੀ ਮੇਰੇ ਫੀਟ ਟੂਡੇ, ਆਰ ਯੂ ਕਮਿੰਗ? ਵਾਟਸ ਔਨ ਦ ਮੈਨੂ? ਲੁੱਕ ਇਨਸਾਈਡ, ਜਸ ਓਪਨ ਦ ਲਿਡ, ਸੀ ਇਹ ਗੋਸ਼ਟ। ਗੋਸ਼ਟ ਆ, ਮੇਕ ਆਲਵੇਸ ਗੋਸ਼ਟ, ਯੂ ਨੋ ਮਾਈ ਫੇਵਰਿਟ। ਚਲੋ, ਟਾਈਮ ਸੈਟ ਕਰਨੇ ਆ ਸ਼ਾਮੀ, ਇਨਸ਼ਾਅੱਲਾ ਆ ਕੈਨ ਡਿਲੀਵਰ ਟੂ ਮੀਰਪੁਰ। ਨੋ ਨੋ, ਦੈਟ ਇਸ ਵੈਰੀ ਨਾਈਸ, ਆਮ ਕਮ ਹੇਅਰ। ਨੋ, ਮਹਿਮਾਨ ਆਏ ਜੀ, ਵੇਖ ਲਓ ਜੀ। ਹੈਲੋ, ਸਾਰੇ ਮਿਜ਼ਾ ਸਲੀਪਿੰਗ, ਸਾਰੇ ਮਿਜ਼ਾ ਸਲੀਪਿੰਗ। ਐ ਜੀ, ਮੇਰੀ ਭਤੀਜੀ ਦਾ ਤੁਸੀਂ ਪਹਿਲੇ ਹੀ ਵੇਖਿਆ ਬਲਾਸ ਨੇ। ਹੈ ਜੀ, ਸਾਰੇ ਮੈਂ ਵੇਖੋ। ਅਤਵ ਭਾਈ ਕੈਸਾ ਲੱਗਿਆ? ਨਾਈਸ, ਯੈਸ, ਬਿਗ ਹਾਊਸ, ਸਾਰੀ ਫੈਮਿਲੀ, ਵੱਡੀ ਫੈਮਿਲੀ ਹੈ ਜੀ, ਸਾਰੇ ਫਿਰ ਫਿੱਟ ਹੋ ਜਾਂਦੇ ਜਲਿਆਂ ਨੇ। ਬਿਊਟੀਫੁਲ ਵਿਊ ਅਰਾਊਂਡ, ਕੋਰਨਰ ਕਾਰ ਦਾ ਫਾਇਦਾ ਹੈ, ਯੂ ਕੈਨ ਸੀ ਆਲ ਅਰਾਊਂਡ। ਆ ਦੇਖੋ ਨਾ ਜੀ, ਸਭ ਸਾਈਡਾਂ ਦੇ, ਇਫ ਯੂ ਗੋ ਔਨ ਦਾ ਟੋਪ ਟੋਪ ਯੂ ਕੈਨ ਸੀ ਆਲ ਵਿਲੇਜ, ਆਲ ਵਿਲੇਜ ਫਰੋਮ ਦਾ ਟੋਪ। ਲਓ ਜੀ, ਸਾਡੀ ਹਾਂਡੀ ਵੀ ਤਕਰੀਬਨ ਤਿਆਰ ਹੋ ਗਈ ਹੈ, ਗੋਸ਼ਤ ਗਲ ਗੁਲ ਗਿਆ, ਤੇ ਟੇਸਟ ਮੈਂ ਇਸ ਤਰ੍ਹਾਂ ਕਰ ਲਿਆ। ਮੂੰਗਫਲੀ ਲੈਣ ਆਇਆ, ਸ਼ਹਿਰ ਆਇਆ ਸੀ, ਤੇ ਮੈਂ ਕਿਹਾ ਚਲੋ ਮੂੰਗਫਲੀ ਲੈ ਰਹੀ ਹੈ। ਆਵੇਂ ਨਿੱਕਿਆ ਕੀ ਹਾਲ ਹੈ? ਠੀਕ ਠਾਕ। ਲਓ ਜੀ, ਆਪਾਂ ਇਹਨੇ ਨਿੱਕੇ ਕੋਲੋਂ ਲਈ ਮੂੰਗਫਲੀ, ਲੋ ਸਰਕਾਰ ਇਹ ਫੜੋ,
ਤੇ ਇਹ ਮੈਨੂੰ ਦੇ ਦਿਓ ਮੈਂ ਹੁਣ ਮੂੰਗਫਲੀ ਦਾ ਸੀਜ਼ਨ ਮੂੰਗਫਲੀ ਤਾਂ ਖਾਣੀ ਬਣਦੀ ਹੈ ਜਨਾਬ ਐ ਬਾਈ ਉਸ ਦਿਨ ਅਸੀਂ ਖਾਲੀ ਵੇਖ ਕੇ ਗਏ ਸੀ ਤਾਂ ਸਹੀ ਭੁੰਡ ਕੇ ਰੱਖੀ ਹੈ ਸ਼ਾਮ ਦਾ ਟਾਈਮ ਹੋ ਗਿਆ ਵੇਖ ਲਓ ਬਾਜ਼ਾਰ ਦੇ ਅੰਦਰ ਰੌਣਕ ਮੇਲਾ ਵਾਹਵਾ ਹੀ ਲੱਗ ਜਾਂਦਾ ਇੱਥੇ ਮੂੰਗਫਲੀ ਲਈ ਹੈ 100 ਰੁਪਏ ਦੀ ਮੈਂ ਕਿਹਾ ਰੋਜ਼ ਨਿਕਲਾਂਗੇ ਰੋਜ਼ ਤਾਜ਼ੀ ਲੈ ਕੇ ਜਾਵਾਂਗੇ ਜ਼ਿਆਦਾ ਲਿਜਾਣ ਦਾ ਕੀ ਫਾਇਦਾ ਹੈ ਕਿਉਂਕਿ ਰੋਜ਼ ਹੀ ਭੁੰਡਦੇ ਨੇ ਇੱਥੇ ਸਿਲਾਣੀ ਦੇ ਅੰਦਰ ਰੰਗ ਬਰੰਗੀਆਂ ਚੀਜ਼ਾਂ ਸਾਨੂੰ ਖਾਣ ਨੂੰ ਮਿਲਦੀਆਂ ਨੇ ਜਨਾਬ ਇੱਥੇ ਤੇ ਮਾਸ਼ਾਅੱਲਾ ਸਰਦੀ ਦਾ ਮੌਸਮ ਹੈ ਇੰਜੋਏ ਤੇ ਕਰਨਾ ਬਣਦਾ ਜਨਾਬ ਨਾਲ ਅਬੋਰਾਂ ਦੀ ਖਿਦਮਤ ਦੇ ਨਾਲ ਹੈ ਮੂੰਗਫਲੀ ਤੇ ਨਾਲ ਜੋ ਚੀਜ਼ ਮਿਲਦੀ ਅਸੀਂ ਖਾਂਦੇ ਪੀਂਦੇ ਹਾਂ ਕੀ ਖਿਆਲ ਹੈ ਚਲੋ ਹੁਣ ਘਰ ਚੱਲੀਏ ਸਾਈਕਲ ਇੱਕ ਮੇਰੇ ਕੋਲ ਸਾਈਕਲ ਹੈ ਹਾਂਜੀ ਸਾਈਕਲ ਖਤਮ ਨਹੀਂ ਹੋ ਗਏ ਕੋਈ ਨਹੀਂ ਖਤਮ ਹੋਏ ਨਿੱਕਾ ਕਹਿੰਦਾ ਨਹੀਂ ਖਤਮ ਹੋਏ ਵੇਖ ਲਓ ਜੀ ਨਿੱਕੇ ਸਾਈਕਲ ਰੱਖਿਆ ਬ੍ਰੇਕਾਂ ਕਿਸ ਤਰ੍ਹਾਂ ਲਾਉਂਦਾ ਹੈ ਦੇਸੀ ਬ੍ਰੇਕ ਉਹ ਗੱਲ ਹੋਈ ਨਾ ਬ੍ਰੇਕਾਂ ਦੀ ਲੋੜ ਹੀ ਨਹੀਂ ਪੈਰ ਰੱਖੋ ਤਾਂ ਬ੍ਰੇਕ ਲੱਗ ਜਾਂਦੀ ਠੀਕ ਹੈ ਬਾਈ ਨਿੱਕਿਆ ਚੱਲ ਗੱਡੀ ਚਲਾ ਲੈ ਫਿਰ ਤੂੰ ਆਪਣੀ ਅੱਗੇ ਕੱਢ ਲੈ ਮੈਂ ਮਾਠਾ ਜਿਹਾ ਡਰਾਈਵਰ ਹਾਂ ਤੇ ਇਹ ਵੇਖ ਲਓ ਮੂੰਗਫਲੀ ਰਹੀਏ ਇਹ ਮੂੰਗਫਲੀ ਮੈਂ ਜਾਂਦੇ ਜਾਂਦੇ ਖਾ ਜਾਵਾਂਗਾ ਸ਼ਾਮ ਦਾ ਸੀਨ ਵੇਖ ਲਓ ਸੂਰਜ ਪਿੱਛੇ ਗਰੂਬ ਹੋ ਰਿਹਾ ਤੇ ਬੜਾ ਵਧੀਆ ਜਿਹਾ ਲੱਗ ਰਿਹਾ ਚਲੋ ਜੀ ਚੱਲਦੇ ਹਾਂ ਘਰ ਹਾਂਡੀ ਪਕਾਈ ਸੀ ਤੇ ਰੋਟੀਆਂ ਵੀ ਗਵਾਂਢੂ ਆਉਣੀਆਂ ਨੇ ਤੇ ਉਹ ਸਰਵ ਕਰਨ ਜੀ ਆਪਣੀ ਫੈਮਿਲੀ ਨੂੰ ਲਓ ਜੀ ਸ਼ਾਮ ਪੈ ਗਈ ਜੇ ਬਿਲਕੁਲ ਗੱਡੀ ਸਾਡੀ ਘਰ ਨੂੰ ਚੱਲੀ ਤੇ ਨਿੱਕਾ ਵੀ ਪਿੱਛੇ ਆ ਰਿਹਾ ਕਿਹੜੀ ਸਾਈਡ ਤੇ ਆ ਰਿਹਾ ਉਹ ਨਿੱਕਾ ਆ ਰਿਹਾ ਪਿੱਛੇ ਉਹ ਵੀ 27 ਚ ਆ ਕੇ ਜਾਣਾ ਉਸ ਯਕੀਨ ਕਰੋ ਬੜਾ ਮਜ਼ਾ ਆਉਂਦਾ ਜੀ ਆਪਣੀ ਗੱਡੀ ਅੱਧੀ ਮੂੰਗਫਲੀ ਤਾਂ ਮੈਂ ਇੱਥੇ ਖਾ ਦਿੱਤੀ ਹੈ ਗਰਮ ਗਰਮ ਮੂੰਗਫਲੀ ਖਾਣ ਦਾ ਤੇ ਆਪਣੀ ਯਾਰਾ ਵੇ ਕੀ ਕਰ ਰਿਹਾ ਨਿੱਕਾ ਲਓ ਜੀ ਅਸੀਂ ਵਾਪਸ ਹੀ ਰੋਡ ਤੋਂ ਜਾ ਰਹੇ ਹਾਂ ਹਾਂ ਬਈ ਨਿੱਕੇ ਹੋ ਕਿੱਧਰ ਜਾ ਰਹੇ ਹੋ ਘਰ ਵਾਂਦੇ ਪਏ ਹੋ ਗੱਲ ਹੋਏ ਨਾ ਬਾਈ ਨਿੱਕੇ ਆਦਾ ਜੀ ਘਰ ਜਾ ਰਹੇ ਹਾਂ ਠੀਕ ਹੈ ਜੀ ਟ੍ਰੈਫਿਕ ਜ਼ਿਆਦਾ ਹੋ ਗਈ ਇਸ ਸੜਕ ਦੇ ਛੋਟੇ ਛੋਟੇ ਬੱਚੇ ਇੱਥੇ ਮੋਟਰਸਾਈਕਲ ਚਲਾਉਂਦੇ ਨੇ ਲਓ ਜੀ ਅਸੀਂ ਸ਼ਾਮ ਦੀ ਨਮਾਜ਼ ਵੀ ਪੜ੍ਹ ਲਈ ਹੁਣ ਚੱਲਦੇ ਹਾਂ ਘਰ ਅਤੇ ਖਾਂਦੇ ਹਾਂ ਜੀ ਰੋਟੀ ਟੁੱਕਰ ਅਤੇ ਵੇਖ ਸਕਦੇ ਤੁਹਾਨੂੰ ਤਾਂ ਡੇ ਲਾਈਟ ਲੱਗ ਰਹੀ ਹੋਣੀ ਪਰ ਹਨੇਰਾ ਪੈ ਗਿਆ ਵੈਸੇ ਸ਼ਾਮ ਦਾ ਨਜ਼ਾਰਾ ਤਾਂ ਆਪਣੀ ਹੈ ਵੈਸੇ ਹੈ ਜੀ ਵਧੀਆ ਜਿਹਾ ਨਜ਼ਾਰਾ ਸ਼ਾਮ ਦਾ ਪੁਰਸਕੂਨ ਜਿਹਾ ਮਾਹੌਲ ਅਤੇ ਪਰਿੰਦੇ ਜਾ ਰਹੇ ਨੇ ਆਪਣੇ ਆਪਣੇ ਘਰ ਨੂੰ ਵਾਪਸ ਗੋਸ਼ਤ ਛੋਰੇ ਵਾਲਾ ਜੀ ਅਤੇ ਸਾਲਣ ਉੱਧਰ ਗਰਮ ਹੋ ਰਿਹਾ ਗਰਮ ਹੋਏਗਾ ਅਤੇ ਮੈਂ ਸਾਲਣ ਅੱਜ ਵੱਡੇ ਭਾਈ ਵੀ ਸਾਡੇ ਘਰ ਹੀ ਨਹੀਂ ਵੈਸੇ ਹੁਣ ਮੈਨੂੰ ਇਹ ਨਹੀਂ ਪਤਾ ਸਾਲਣ ਤੁਸੀਂ ਪਸੰਦ ਸੀ ਨਾ ਸੀ ਨਾ ਸੀ ਪੇਟ ਭਰ ਜਾ ਸੀ ਨਾ ਉਹਨਾਂ ਪੇਟ ਭਰਨਾ ਇਹ ਮੈਂ ਬਣਾਇਆ ਬਿਲਕੁਲ ਮਾਈਲਡ ਹੈ ਮਰਚਾਂ ਘੱਟ ਰੱਖੀਆਂ ਪਵਾਉਣੇ ਸਰ ਮਰਚਾਂ ਘੱਟ ਰੱਖੀਆਂ ਤਾਂ ਮੈਂ ਤੇਜ਼ ਰੱਖਣਾ ਚਲੋ ਮੈਂ ਦੁਆ ਗੁਜ਼ਾਰਾ ਕਰ ਸੀ ਅੱਛਾ ਚਲੋ ਫਿਰ ਦੌੜਨਾ ਚਾਹੀਦਾ ਹੋਰ ਖੈਰ ਹੈ ਇਹ ਤਰ੍ਹਾਂ ਤਰ੍ਹਾਂ ਹਾਂਡੀ ਕਰਨੀ ਹੈ ਬਹੁਤ ਸਾਰੀ ਬਣਾਈ ਅਤੇ ਅੱਜ ਸਾਡੇ ਨਾਲ ਜੀ ਬੜੇ ਭਾਈ ਹੋਰ ਵੀ ਸਾਡੇ ਨਾਲ ਹੀ ਖਾ ਰਹੇ ਨੇ ਅੱਜ ਅਤੇ ਅੱਬੂ ਤਾਂ ਖਾਂਦੇ ਰਹਿੰਦੇ ਨੇ ਨਾਲ ਤਾਂ ਮੈਂ ਕਿਹਾ ਜੀ ਅੱਜ ਵੱਡੇ ਭਾਈ ਨੂੰ ਆਪਣੇ ਹੱਥ ਦਾ ਸਾਲਣ ਬਣਾਇਆ ਖਵਾਉਂਦੇ ਹਾਂ ਅਤੇ ਲੱਗਦਾ ਪਾਸ ਹੋ ਹੀ ਗਿਆ ਹੈ ਜੀ ਮਾਸ਼ਾਅੱਲਾ ਜੀ ਬਹੁਤ ਟੇਸਟੀ ਹੈ ਅੱਛਾ ਚਲੋ ਜੀ ਸ਼ੁਕਰ ਹੈ ਪਸੰਦ ਆਇਆ ਲਓ ਜੀ ਰੋਟੀ ਮੈਂ ਵੀ ਖਾ ਲਈ ਸਾਲਣ ਠੀਕ ਹੀ ਬਣਿਆ ਵਧੀਆ ਕਿ ਬਣਿਆ ਜਨਾਬ ਅੱਜ ਬਗੈਰ ਅੱਡੀ ਵਾਲਾ ਸਾਲਣ ਸੀ ਜੀ ਇਹ ਬੋਟੀ ਬਿਲਕੁਲ ਗਲੀ ਹੈ ਸਾਰੀ ਠੀਕ ਹੈ ਜੀ ਇਨਸ਼ਾਅੱਲਾ ਜੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਸੀਂ ਤਾਂ ਮੁਕਾਮ ਹੋ ਰਹੇ ਹਾਂ ਬੱਕਰੇ ਦੇ ਗੋਸ਼ਤ ਦਾ ਅਤੇ ਆਪਣੀ ਸੁਆਦ ਹੈ ਜੀ ਕੱਟੇ ਦਾ ਗੋਸ਼ਤ ਮਜ਼ਾਕ ਕਰ ਰਿਹਾ ਵਧੀਆ ਗਿਆ ਠੀਕ ਹੈ ਜੀ ਇਨਸ਼ਾਅੱਲਾ ਮਿਲਾਂਗੇ ਜੀ ਅਗਲੇ ਬਲੌਗ ਦੇ ਨਾਲ 27 ਚੱਕ 'ਚ ਕੀ ਖਿਆਲ ਹੈ ਜੀ ਉਹ ਵੀ ਪਾਕਿਸਤਾਨ ਦੇ ਅੰਦਰ ਹੋਰ ਕਿੱਥੇ ਹੋ ਗਿਆ 27 ਚੱਕ ਪਾਕਿਸਤਾਨ ਦੇ ਅੰਦਰ ਜੀ ਇੰਡੀਆ ਦੇ ਹੋਣਾ ਨਹੀਂ ਅਤੇ ਸਾਨੂੰ ਦੇ ਜਾਂਦੇ ਦੁਆ ਵਿੱਚ ਸਾਨੂੰ ਵੀ ਯਾਦ ਰੱਖਣਾ ਹੱਸਦੇ ਰਹੋ ਅਤੇ ਵਸਦੇ ਰਹੋ ਅੱਲਾਹ ਹਾਫਿਜ਼